ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਝੋਨੇ ਦੀ ਫਸਲ ਨੂੰ ਜਿਹੜਾ ਆਖਰੀ ਪਾਣੀ ਆਪਾਂ ਕਦੋਂ ਲਾਉਣਾ ਹੈ ਕਿਉਂਕਿ ਕਈ ਜ਼ਮੀਨਾਂ ਜਿਹੜੀਆਂ ਹੈਗੀਆਂ ਜਲਦੀ ਖੁਸ਼ਕ ਹੋ ਜਾਂਦੀਆਂ ਕਿਸਾਨ ਵੀਰਾਂ ਦਾ ਜਿਹੜੇ ਹੈਗੇ ਕਾਫੀ ਸਵਾਲ ਆਏ ਕਿ ਜਿਹੜੇ ਹੈਗੇ ਝੋਨੇ ਨੂੰ ਅਸੀਂ ਜੇ 10 ਦਿਨ ਪਾਣੀ ਪਹਿਲਾਂ ਛੱਡ ਦਈਏ ਕਿਉਂਕਿ ਸਾਡੀ ਜ਼ਮੀਨ ਤੀਜੇ ਦਿਨ ਖੁਸ਼ਕ ਹੁੰਦੀ ਆ ਉਹਦਾ ਜਿਹੜਾ ਝਾੜ ਤੇ ਅਸਰ ਤਾਂ ਨਹੀਂ ਪਊਗਾ ਪਲੱਸ ਜਿਹੜਾ ਹੈਗਾ ਕਣਕ ਦੀ ਫਸਲ ਦੀ ਜਿਹੜੀ ਆਪਾਂ ਬਿਜਾਈ ਕਰਨੀ ਹੈ ਚੋਨੇ ਦੀ ਫਸਲ ਵੱਢਣ ਤੋਂ ਬਾਅਦ ਕਣਕ ਦੀ ਫਸਲ ਦੀ ਬਿਜਾਈ ਕਰਨੀ ਹੈ ਚਾਹੇ ਉਹ ਜ਼ਿਆਦਾਤਰ ਕਿਸਾਨ ਵੀ ਜ਼ੀਰੋ ਡ੍ਰਿਲ ਨਾਲ ਕਰਦੇ ਆ ਜਾਂ ਹੈਪੀ ਸੀਡਰ ਨਾਲ ਕਰਦੇ ਆ ਕਿਉਂਕਿ ਆਪਣੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਝੋਨਾ ਵੱਢਣ ਤੋਂ ਬਾਅਦ ਖਾਸ ਤੌਰ ਤੇ ਜਿਹੜੀਆਂ ਜ਼ਿਆਦਾ ਸਮਾਂ ਲੈ ਲੈਂਦੀਆਂ ਨੇ ਵੈਰਾਈਟੀਆਂ ਕਿ ਆਪਾਂ ਵਾਹ ਕੇ ਉਹਨੂੰ ਰੌਣੀ ਕਰੀਏ ਤੇ ਫਿਰ ਜਿਹੜੀ ਕਣਕ ਦੀ ਫਸਲ ਬੀਜੀਏ ਸੋ ਜਿੱਥੇ ਖੇਤ ਜਲਦੀ ਖੁਸ਼ਕ ਹੋ ਜਾਂਦੇ ਉੱਥੇ ਆਪਾਂ ਪਾਣੀ ਜਿਹੜਾ ਦੋ ਤਰੀਕਿਆਂ ਨਾਲ ਕਿਸਾਨ ਵੀ ਉਲਾ ਸਕਦੇ ਆ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਹੈਗਾ ਇਹ ਜਿਹੜੀ ਸਮੱਸਿਆ ਕਾਫੀ ਇਹ ਜਗ੍ਹਾ ਤੇ ਕਿਸਾਨ ਵੀਰਾਂ ਨੂੰ ਆਈ ਕਿ ਜਿੱਥੇ ਜ਼ੀਰੋ ਡ੍ਰਿਲ ਨਾਲ ਜਿਹੜੀ ਕਣਕ ਦੀ ਬਿਜਾਈ ਕੀਤੀ ਜਾਂ ਹੈਪੀ ਸੀਡਰ ਨਾਲ ਕੀਤੀ ਖੇਤ ਜਲ ਜ਼ਿਆਦਾ ਖੁਸ਼ਕ ਹੋ ਗਿਆ ਕਿਉਂਕਿ ਝੋਨਾ ਵੱਢਣ ਤੋਂ ਬਾਅਦ ਆਪਾਂ ਉਹਨੂੰ ਜਿਹੜਾ ਹੈਗਾ ਉਹਦਾ ਮੰਡੀਕਰਨ ਵੀ ਕਰਨਾ ਫਸਲ ਸਾਫ ਕੇ ਫਿਰ ਆਪਾਂ ਜਿਹੜੀ ਹੈਗੀ ਕਣਕ ਦੀ ਬਿਜਾਈ ਕਰਨੀ ਆ ਸੋ ਉਹਦੇ ਵਿੱਚ ਆਪਣੇ ਦੋ ਤਰੀਕੇ ਕਿਸਾਨ ਵੀਰੋ ਦੋ ਤਰ੍ਹਾਂ ਦੇ ਖੇਤ ਇੱਕ ਤਾਂ ਜਿਹੜਾ ਹੈਗਾ ਜਲਦੀ ਖੁਸ਼ਕ ਹੋ ਜਾਂਦੇ ਜਿਹੜੇ ਖੇਤ ਮੰਨ ਲਓ ਅੱਜ ਪਾਣੀ ਲਾਇਆ ਤੇ ਤੀਜੇ ਦਿਨ ਖੇਤ ਜਿਹੜੇ ਖੁਸ਼ਕ ਹੋ ਜਾਂਦਾ ਚੋਨਾ ਵੱਢਣ ਤੋਂ ਪਹਿਲਾਂ ਆਪਾਂ ਖਿਆਲ ਮੇਨ ਕੀ ਰੱਖਣਾ ਹੁੰਦਾ ਹੈ ਕਿ ਜਦੋਂ 80 ਤੋਂ 85% ਦਾਣੇ ਬਿਲਕੁਲ ਸੁਨਹਿਰੀ ਰੰਗ ਦੇ ਹੋ ਗਏ ਤਾਂ ਸਮਝ ਲਓ ਜਿਹੜੀ ਫਸਲ ਆ ਉਹ ਕੱਟਣ ਲਈ ਜਿਹੜੀ ਤੁਹਾਡੀ 2-4 ਦਿਨਾਂ ਚ ਤਿਆਰ ਦੋ ਦਿਨਾਂ ਚ ਵੱਢ ਲਓ ਤਿੰਨ ਦਿਨਾਂ ਚ ਵੱਢ ਲਓ ਜਦੋਂ 85% ਦਾਣੇ ਉਹਦੇ ਸੁਨਹਿਰੀ ਹੋ ਗਏ ਉਹਦੇ ਵਿੱਚ ਆਪਾਂ ਜ਼ਮੀਨ ਦੇ ਹਿਸਾਬ ਨਾਲ ਦੇਖਣਾ ਕਿ ਉਹਦੇ ਵਿੱਚ ਕਮਬਾਈਨ ਆ ਜਿਹੜੀ ਉਹ ਚੱਲਣ ਯੋਗ ਹੋਵੇ ਜਿਹੜੀਆਂ ਜ਼ਮੀਨਾਂ ਜਿੱਥੇ ਪਾਣੀ ਆ ਜਿਹੜਾ ਉਹ ਜਿਆਦਾ ਨਮੀ ਰੱਖਦੀਆਂ ਨੇ ਉੱਥੇ ਕਈ ਵਾਰ ਆਪਾਂ ਪਾਣੀ ਇਹ 8-10 ਦਿਨ ਪਹਿਲਾਂ ਵੀ ਲਾ ਦਈਏ ਤਾਂ ਕਮਬਾਈਨ ਆ ਜਿਹੜੀ ਉਹ ਬੜੀ ਮੁਸ਼ਕਲ ਨਾਲ ਚੱਲਦੀ ਹੈ। ਕਈ ਜ਼ਮੀਨਾਂ ਇਹ ਜਿਹੀਆਂ ਨੇ ਜਿਹੜੀਆਂ ਹੈਗੀਆਂ 5-7 ਦਿਨ ਬਾਅਦ ਹੀ ਪੂਰੀਆਂ ਖੁਸ਼ਕ ਹੋ ਜਾਂਦੀਆਂ ਤੇ ਕਮਬਾਈਨ ਆ ਵਧੀਆ ਉਹਦੇ ਵਿੱਚ ਵਧੀਆ ਤਰੀਕੇ ਨਾਲ ਚੱਲਦੀ ਆ। ਸੋ ਇਹ ਆਪਾਂ ਜ਼ਮੀਨ ਦੇ ਹਿਸਾਬ ਨਾਲ ਕਿਸਾਨ ਵੀਰੋਂ ਦੇਖਣਾ। ਵੈਸੇ ਆਪਾਂ ਜਿਹੜਾ ਹੈਗਾ ਜਿਹੜੀਆਂ ਪੂਰੀਆਂ ਨਵੀਂ ਸਾਂਭਣ ਵਾਲੀਆਂ ਜ਼ਮੀਨਾਂ ਨੇ ਉੱਥੇ ਆਪਾਂ 12 ਤੋਂ 15 ਦਿਨ ਪਹਿਲਾਂ ਜਿਹੜਾ ਪਾਣੀ ਬੰਦ ਕਰ ਦੇਣਾ ਝੋਨੇ ਦੀ ਫਸਲ 'ਚ। ਜਿੱਥੇ ਜ਼ਮੀਨ ਜਲਦੀ ਖੁਸ਼ਕ ਹੁੰਦੀ ਉੱਥੇ ਆਪਾਂ 10 ਦਿਨ ਰਹਿੰਦੇ ਤੱਕ ਜਿਹੜਾ ਹੈਗਾ ਲਾਸਟ ਜਿਹੜਾ ਪਾਣੀ ਲਾ ਸਕਦੇ ਤਾਂ ਕਿ ਉਹਦੀ ਨਮੀ ਜਿਹੜੀ ਬਣੀ ਰਹੇ ਅੱਗੇ ਕਣਕ ਦੀ ਫਸਲ ਦੀ ਬਜਾਈ ਵਾਸਤੇ ਤੇ ਕਣਕ ਦੀ ਫਸਲ ਦੀ ਬਜਾਈ ਵਾਸਤੇ ਜੇ ਮੰਨ ਲਓ ਅੱਜ ਜਿਹੜਾ ਹੈਗਾ 2 ਅਕਤੂਬਰ ਹੈ ਤੇ ਜੇ 20 ਦਿਨ ਨੂੰ ਜਿਹੜੀ ਫਸਲ ਆ ਉਹ ਕੱਟੀ ਜਾਂਦੀ ਹੈ ਤਾਂ ਉਸ ਤੋਂ ਬਾਅਦ 5-7 10 ਦਿਨ ਬਾਅਦ ਜਦੋਂ ਆਪਾਂ ਬੀਜਾਂਗੇ ਨਵੰਬਰ ਦੇ ਪਹਿਲੇ ਹਫਤੇ ਤੱਕ ਸਹੀ ਸਮਾਂ ਵੀ ਉਹੀ ਹੁੰਦਾ ਕਿਉਂਕਿ ਬਹੁਤੀ ਕਾਲ ਕਰਨ ਦੀ ਜ਼ਰੂਰਤ ਨਹੀਂ ਜੇ ਅਕਤੂਬਰ ਦੇ ਆਖਰੀ ਹਫਤੇ ਕਈ ਵਾਰ ਜਿਹੜਾ ਤਾਪਮਾਨ ਉੱਚਾ ਹੁੰਦਾ ਉਦੋਂ ਆਪਾਂ ਜਿਹੜੀ ਕਣਕ ਦੇ ਵਿੱਚ ਕਾਲ ਨਹੀਂ ਕਰਨੀ 2-4 ਦਿਨ ਜੇ ਲੇਟ ਲੇਟ ਦਾ ਮਤਲਬ ਇਹ ਹੈ ਕਿ ਜੇ ਆਪਾਂ ਥੋੜੀ ਜੀ ਬਜਾਈ ਅ ਅੱਗੇ ਕਰ ਲਾਂਗੇ ਨਵੰਬਰ ਦੇ ਪਹਿਲੇ ਹਫਤੇ ਤੱਕ ਜਾਂ 10 ਨਵੰਬਰ ਤੱਕ ਤਾਂ ਉਹ ਸਹੀ ਰਹਿੰਦਾ ਕਿਉਂਕਿ ਉਦੋਂ ਨੂੰ ਤਾਪਮਾਨ ਥੱਲੇ ਆ ਜਾਂਦਾ ਤੇ ਕਣਕ ਦਾ ਜਿਹੜਾ ਜਰਮੀਨੇਸ਼ਨ ਤੇ अर्ਲੀ ਜਿਹੜਾ ਹੀਟ ਸ਼ੌਕ ਨਹੀਂ ਉਹਨੂੰ ਲੱਗਦਾ ਸੋ ਇਹ ਆਪਾਂ ਗੱਲ ਦਾ ਖਿਆਲ ਰੱਖਣਾ ਜੇ ਆਪਾਂ ਜਿਹੜਾ ਹੈਗਾ ਆਪਾਂ ਨੂੰ ਇਹ ਲੱਗਦਾ ਕਿ ਆਪਾਂ ਜਿਹੜਾ 10 12 ਦਿਨ ਪਹਿਲਾਂ ਪਾਣੀ ਬੰਦ ਕਰਤਾ ਉਸ ਤੋਂ ਬਾਅਦ ਜਦੋਂ ਝੋਨਾ ਆਪਾਂ ਕੱਟ ਲਿਆ ਫਸਲ ਕੱਟ ਲਈ ਹੈ ਉਹਦਾ ਮੰਡੀਕਰਨ ਕਰਤਾ ਜੇ ਆਪਾਂ ਨੂੰ ਕਣਕ ਦੀ ਬਿਜਾਈ ਸਮੇਂ ਇਹ ਲੱਗਦਾ ਕਿ ਖੇਤ ਆਪਣਾ ਜਿਹੜਾ ਖੁਸ਼ਕ ਹੈ ਕਿਉਂਕਿ ਉਦੋਂ ਆਪਾਂ ਜੇ ਥੋੜਾ ਜਿਹਾ ਵੀ ਇਹ ਅਣਗੋਲਿਆ ਕਰ ਦਈਏ ਇਸ ਗੱਲ ਨੂੰ ਤਾਂ ਆਪਣੇ ਕਣਕ ਕਈ ਵਾਰ ਆਪਾਂ ਨੂੰ ਦੁਬਾਰਾ ਬੀਜਣੀ ਪੈਂਦੀ ਹੈ ਪਿਛਲੇ ਸਾਲਾਂ 'ਚ ਕਈ ਵਾਰ ਕਿਸਾਨ ਵੀ ਰਹਿਣਾ ਹੋਇਆ ਸੋ ਜੇ ਆਪਾਂ ਨੂੰ ਲੱਗਦਾ ਉਦੋਂ ਆਪਾਂ ਬੈਠਮੀ ਜਿਹੜਾ ਰੌਣੀ ਜਿਹੜਾ ਪਤਲਾ ਜਿਹਾ ਪਾਣੀ ਲਾ ਦਈਏ ਉਹਦੇ ਨਾਲ ਜਿਹੜੀ ਹੈਗੀ ਹੈ ਜ਼ਮੀਨ ਦੇ ਵਿੱਚ ਨਮੀ ਉਨੀ ਬਰਕਰਾਰ ਹੋ ਜਾਂਦੀ ਹੈ ਤੇ ਜ਼ਮੀਨ ਜਿਹੜੀ ਹੈ ਉਹ ਵੱਤ ਵੀ ਮਤਲਬ ਬੀਜ ਬਜਾਈ ਯੋਗ ਵੀ ਜਲਦੀ ਹੋ ਜਾਂਦੀ ਹੈ ਕਿਉਂਕਿ ਆਪਾਂ ਵਾਈ ਨਹੀਂ ਹੈ ਪਤਲਾ ਪਾਣੀ ਫੇਰਿਆ ਤਾਂ ਉਹਦੇ ਨਾਲ ਆਪਾਂ ਜਿਹੜੀ ਬਜਾਈ ਕਰ ਸਕਦੇ ਆ ਇਹ ਜਿਹੜੀ ਮੇਨ ਗੱਲਾਂ ਖਿਆਰ ਰੱਖਣਯੋਗ ਹੁੰਦੀਆਂ ਇਹਦੇ ਨਾਲ ਕੀ ਹੁੰਦਾ ਫਸਲ ਜਿਹੜੀ ਜਿਹੜੀ ਝੋਨੇ ਦੇ ਦਾਣਿਆਂ ਦੀ ਕੁਆਲਿਟੀ ਵੀ ਵਧੀਆ ਆਊਗੀ ਤੁਹਾਨੂੰ ਕਿਉਂਕਿ ਮਗਰੋਂ ਆ ਕੇ ਜਿਹੜਾ ਹੈਗਾ ਜਿਵੇਂ 12 ਦਿਨ 15 ਦਿਨ ਪਹਿਲਾਂ ਜੇ ਆਪਾਂ ਪਾਣੀ ਜਿਹੜਾ ਬੰਦ ਕਰ ਦਿੰਨੇ ਖੇਤ ਗਿੱਲਾ ਉਹਦੇ ਨਾਲ ਇੱਕ ਸਾਰ ਜਿਹੜਾ ਦਾਣਿਆਂ ਦਾ ਪਕਾਉ ਆਉਂਦਾ ਤੇ ਉਹਦੇ ਜਿਹੜੀ ਹੈਗੀ ਉਹਨਾਂ ਦੀ ਨਮੀ ਹੈ ਜਿਹੜੀ ਮੌਇਸਚਰ ਆ ਮੰਡੀ ਕਰਨ ਦੇ ਯੋਗ ਤਾਂ ਹੀ ਹੋਊਗਾ ਜੇ ਆਪਾਂ ਲੇਟ ਤੱਕ ਪਾਣੀ ਉਹਦੇ ਉਹਦੇ ਵਿੱਚ ਖੜਾ ਰੱਖਾਂਗੇ ਜਾਂ ਲਾਉਂਦੇ ਰਵਾਂਗੇ ਤਾਂ ਉਹਦੇ ਵਿੱਚ ਜਿਹੜਾ ਨਮੀ ਆ ਉਹ ਜ਼ਿਆਦਾ ਆਊਗੀ ਤੇ ਮੰਡੀ ਕਰਨ ਸਮੇਂ ਆਪਾਂ ਨੂੰ ਜਿਹੜੀ ਸਮੱਸਿਆ ਆਊਗੀ ਇਸ ਤੋਂ ਇਲਾਵਾ ਜਿਹੜੀ ਬਰਸੀਮ ਦੀ ਬਿਜਾਈ ਬਾਰੇ ਕੁਝ ਕਿਸਾਨ ਵੀਰ ਪੁੱਛ ਰਹੇ ਬਰਸੀਮ ਦੀ ਬਿਜਾਈ ਬਾਰੇ ਵੀ ਕਿਸਾਨ ਵੀਰ ਉਹ ਹਜੇ ਜੇ ਤੁਸੀਂ 5-7 ਦਿਨ ਰੋਕ ਸਕਦੇ ਆ 10 ਦਿਨ ਰੋਕ ਸਕਦੇ ਆ ਤਾਂ ਹਜੇ ਆਪਾਂ ਥੋੜਾ ਜਿਹਾ ਲੇਟ ਲੈ ਜਾਓ ਜੇ ਲੇਟ ਬਜਾਈ ਕਰੋਗੇ ਕਿਉਂਕਿ ਹਜੇ ਸਮਾਂ ਨਹੀਂ ਹੈ ਤਾਂ ਤਾਪਮਾਨ ਜਦੋਂ ਥੱਲੇ ਜਾਊਗਾ ਤਾਂ ਫਿਰ ਤੁਸੀਂ ਜਿਹੜੀ ਹੈਗੀ ਉਹਦੀ ਬਜਾਈ ਕਰੋ ਹਜੇ ਨਾ ਕਰੋ ਜੇ ਜਲਦੀ ਬਜਾਈ ਕਰੋਗੇ ਤਾਂ ਤਾਪਮਾਨ ਉੱਚਾ ਉਹਦੇ ਨਾਲ ਜਿਹੜੀ ਸਮੱਸਿਆ ਹੋਊਗੀ ਸੋ ਜਿਹੜਾ ਹੈਗਾ ਥੋੜਾ ਤਾਪਮਾਨ ਜਦੋਂ ਘਟੂਗਾ ਤਾਂ ਫਿਰ ਤੁਸੀਂ ਜਿਹੜੀ ਹੈਗੀ ਚਾਰੇ ਵਾਸਤੇ ਜਿਹੜੀ ਬਜਾਈ ਕਰ ਸਕਦੇ ਆ ਤੇ ਇੱਕ ਜਿਹੜਾ ਹੈਗਾ ਕਿਸਾਨ ਵੀਰ ਜਿਹੜੇ ਹੁਣ ਪੁੱਛ ਰਹੇ ਆ ਆਖਰੀ ਸਪਰੇ ਇਹ ਮੈਂ ਪਹਿਲਾਂ ਵੀ ਵੀਡੀਓ ਮਤਲਬ 2-4 ਦਿਨ ਪਹਿਲਾਂ ਵੀ ਮੈਂ ਵੀਡੀਓ ਪਾਈ ਸੀ ਕਿ ਆਖਰੀ ਸਪਰੇਅ ਦੇ ਵਿੱਚ ਆਪਾਂ ਜਿਹੜਾ ਸਮੱਸਿਆ ਦੇ ਹਿਸਾਬ ਨਾਲ ਕਰਨਾ ਜਿੱਥੇ ਹਲਦੀ ਰੋਗ ਆ ਬੰਟਾ ਉੱਥੇ ਆਪਾਂ ਕੰਟਰੋਲ ਨਹੀਂ ਕਰ ਸਕਦੇ ਸਪਰੇਆ ਕਰਨ ਦੀ ਕੋਈ ਜ਼ਰੂਰਤ ਨਹੀਂ ਜਿੱਥੇ ਆਪਣੇ ਕਿਤੇ ਬਲਾਈਟ ਆ ਉੱਥੇ ਆ ਮੈਂ ਤੁਹਾਨੂੰ ਪਹਿਲਾਂ ਸਪਰੇਆ ਪਿਛਲੀ ਵੀਡੀਓ ਤੁਸੀਂ ਚੈੱਕ ਕਰ ਸਕਦੇ ਹੋ ਉਹਦੇ ਵਿੱਚ ਦੱਸ ਚੁੱਕੇ ਹਾਂ ਜਿਹੜੀ ਆਪਾਂ ਸਪਰੇਅ ਕਰ ਸਕਦੇ ਹਾਂ ਜਿੱਥੇ ਕਿਤੇ ਤੁਹਾਨੂੰ ਜਿਹੜੀ ਹੈਗੀ ਸੁੰਡੀ ਦੀ ਸਮੱਸਿਆ ਲੱਗਦੀ ਆ 22-25 ਦਿਨ ਝੋਨਾ ਲੈਂਦਾ ਉੱਥੇ ਤੁਸੀਂ ਜ਼ਰੂਰਤ ਅਨੁਸਾਰ ਜਿਹੜੀ ਕੀਟਨਾਸ਼ਕ ਦੀ ਸਪਰੇਅ ਜ਼ਰੂਰ ਕਰੋ ਇਹਦੇ ਨਾਲ ਇੱਥੇ ਜਿਹੜੀ ਹੁਣ ਵੀ ਆਪਾਂ ਨੂੰ ਸ ਸਾਲ ਵਿੱਚ ਨਾ ਜਾਵੇ ਇਸ ਲਈ ਆਪਾਂ ਜਿਹੜਾ ਹਨ ਉਹਦੇ ਵਾਸਤੇ ਜ਼ਰੂਰ ਤਨਸਾਰ ਜਿਹੜੀ ਹੈਗੀ ਜੇ ਤੁਹਾਨੂੰ ਲੱਗਦਾ ਕਿ ਖੇਤ ਦੇ ਵਿੱਚ ਗੋਭ ਦੀ ਸੁੰਡੀ ਦਾ ਅਟੈਕ ਹੈਗਾ ਤੇ ਉਹ ਜ਼ਰੂਰ ਤਨਸਾਰ ਉਹਦੀ ਸਪਰੇ ਜਰੂਰ ਕਰੋ ਉਹਨੂੰ ਜਿਹੜਾ ਹੈਗਾ ਖਤਮ ਕਰੋ ਤਾਂ ਕਿ ਅੱਗੇ ਜਿਹੜੀ ਫਸਲ ਦੇ ਵਿੱਚ ਕਣਕ ਦੀ ਫਸਲ ਦੇ ਵਿੱਚ ਉਹਦਾ ਕੈਰੀਓਵਰ ਨਾ ਜਾਵੇ ਤੇ ਜਿਹੜੀ ਜੰਮ ਦੀ ਕਣਕ ਦੀ ਫਸਲ ਨੂੰ ਕਈ ਵਾਰ ਸਟੈਮ ਬੋਰਰ ਦਾ ਅਟੈਕ ਆ ਜਾਂਦਾ ਜਾਂ ਫਾਲ ਆਰਮੀ ਵਰਮ ਦਾ ਕਈ ਵਾਰ ਅਟੈਕ ਆ ਜਾਂਦਾ ਜਾਂ ਜਾ ਆਰਮੀ ਵਰਮ ਜਿਹੜਾ ਸੈਨਿਕ ਸੁੰਡੀ ਹੁੰਦੀ ਹੈ ਉਹਦਾ ਜਿਹੜਾ ਅਟੈਕ ਆ ਜਾਂਦਾ ਸੋ ਉਹਦੇ ਵਿੱਚ ਜੇ ਤੁਹਾਨੂੰ ਸੁੰਡੀ ਦਾ ਜਿਹੜਾ ਹਮਲਾ ਨਜ਼ਰ ਆਉਂਦਾ ਤੁਸੀਂ ਜ਼ਰੂਰ ਅਨਸਾਰ ਗੋਭ ਦੀ ਸੁੰਡੀ ਵਾਸਤੇ ਜਿਹੜੀ ਹੈਗੀ ਹੈ ਫਲੂਬੈਂਡਾਮਾਈਡ 20% ਜਿਹੜੀ ਟਕੂਮੀ ਆ ਉਹ ਤੁਸੀਂ ਵਰਤ ਸਕਦੇ ਆ ਆਰਮੀ ਵਰਮ ਵਾਸਤੇ ਤੁਸੀਂ ਕੋਇਨਲ ਫਾਸ ਦਵਾਈ ਆ ਉਹਦੀ ਜਿਹੜੀ ਸਪਰੇਅ ਕਰ ਸਕਦੇ ਆ ਤੇ ਇਸ ਤੋਂ ਇਲਾਵਾ ਜਿੱਥੇ ਤੁਹਾਨੂੰ ਜਿਹੜਾ ਤੇਲੇ ਦੇ ਜਿਹੜੀ ਹੈਗੀ ਅਟੈਕ ਦਾ ਜ਼ਰੂਰ ਖਿਆਲ ਰੱਖੋ ਜਿੱਥੇ ਜਿਹੜਾ ਕਾਲਾ ਜਾਂ ਚਟਾ ਤੇਲਾ ਨਜ਼ਰ ਆਉਂਦਾ ਉੱਥੇ ਤੁਸੀਂ ਜਿਹੜਾ ਹੈਗਾ ਜ਼ਰੂਰ ਤਨਸਾਰ ਜਿੱਥੇ ਜਿੱਥੇ ਤੁਹਾਨੂੰ ਅਟੈਕ ਆਉਂਦਾ ਜੇ ਝੋਨਾ ਘਟ ਸਮਾਂ ਲੈ ਰਿਹਾ ਤਾਂ ਤੁਸੀਂ ਜਿਹੜਾ ਹੈਗਾ ਸਪੌਟਸ ਦੇ ਵਿੱਚ ਦੌਗੀਆਂ ਚ ਜਿੱਥੇ ਜਿੱਥੇ ਅਟੈਕ ਆ ਉੱਥੇ ਸਪਰੇਅ ਕਰ ਸਕਦੇ ਹਾਂ ਹਾਂ ਕਿਤੇ ਕਿਤੇ ਜਿਹੜੀ ਪੱਤਾ ਲਵੇਟ ਦੀ ਸਮੱਸਿਆ ਪੱਤਾ ਲਵੇਟ ਸੁੰਡੀ ਦੀ ਸਮੱਸਿਆ ਵੀ ਨਜ਼ਰ ਆ ਰਹੀ ਹੈ ਕਿਸਾਨ ਵੀਰਾਂ ਦਾ ਕਹਿਣ ਕਿ 25 ਦਿਨ ਜਿਹੜਾ ਝੋਨਾ ਲਓ ਪੱਤਾ ਲਵੇਟ ਨਜ਼ਰ ਆ ਰਹੀ ਹੈ ਉੱਥੇ ਮੇਰੀ ਤੁਹਾਨੂੰ ਸਲਾਹ ਹੈ ਕਿ ਦੌਗੀਆਂ ਦੇ ਵਿੱਚ ਜਿੱਥੇ ਕਿਤੇ ਸਪੌਟਸ ਦੇ ਵਿੱਚ ਜਿੱਥੇ ਅਟੈਕ ਆ ਉੱਥੇ ਤੁਸੀਂ ਜ਼ਰੂਰਤ ਅਨੁਸਾਰ ਉਹਦੀ ਸਪਰੇਅ ਕਰ ਦਿਓ ਇਸ ਤੋਂ ਮੇਰਾ ਤੁਹਾਡਾ ਕੋਈ ਹੋਰ ਸਵਾਲ ਹੋਵੇ ਸਿਝਾ ਹੋਵੇ ਜ਼ਰੂਰ ਦੱਸਣਾ ਵੀ ਮਿਹਰਬਾਨੀ ਕਿਸਾਨ ਵੀਰੋ ਚੈਨਲ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ